ਸੁਟਕਰਾ ਮਾਰ ਕੇ ਚਾਹ ਪੀਓ, ਇੱਕ ਸੁਟਕਰਾ ਹੋਰ। ਹਾਏ ਹਾਏ, ਬਹੁਤ ਹੀ ਜ਼ਿਆਦਾ ਸਵਾਦ ਬਣੀ ਗਈ, ਵਾਕੇ ਬਹੁਤ ਟੇਸਟੀ ਬਣੀ ਗਈ, ਉਹ ਤੜਕੇ ਦੇ ਨਾਲ ਤਾਂ ਜ਼ਿਆਦਾ ਟੇਸਟੀ ਬਣ ਗਈ, ਬਹੁਤ ਜ਼ਿਆਦਾ ਸਵਾਦ ਆ। ਸੁਟਕਰੇ ਚਾਹ, ਚਾਹ ਪੀਓ ਸੁਟਕਰੇ ਨਾਲ। ਸੁਟਕਰੇ ਨਾਲ ਮੈਂ ਨਹੀਂ ਪੀਣੇ। ਕਿਉਂ? ਪੀਓ ਪੀਓ ਪੀਓ, ਸੁਟਕਰਾ ਮਾਰਨਾ ਹੈ, ਸੁਟਕਰਾ। ਨਹੀਂ ਨਹੀਂ, ਇੱਕ ਵਾਰੀ ਮਾਰੋ ਸਹੀ, ਨਿਕਾਇਆ ਸੁਟਕੜਾ। ਸੁਣ ਲਿਆ ਜੀ ਤੁਸੀਂ, ਚਾਹ ਦੇ ਸੁਰਕੜੇ ਤੇ ਚਟਨੀ ਨਾਲ ਖਾਧੀ ਹੋਈ ਪਰੌਂਠੀ ਦਾ ਸਵਾਦ, ਬਹੁਤ ਹੀ ਅਲੱਗ ਲੈਵਲ ਦੀਆਂ ਗੱਲਾਂ ਇਹ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮੋਨਾਡੀ ਲੋਕ ਕੁਕਿੰਗ ਵਲੌਗਸ ਵਿੱਚ। ਅੱਜ ਆਪਾਂ ਬਣਾਵਾਂਗੇ ਸਭ ਦੀ ਪਿਆਰੀ, ਸਭ ਦੀ ਫੇਵਰੇਟ ਚਟਨੀ, ਧਨੀਏ ਅਤੇ ਪੁਦੀਨੇ ਚਟਨੀ, ਜਿਹੜੀ ਅੱਜ ਕੱਲ੍ਹ ਬੜਾ ਦਿਲ ਕਰਦਾ ਖਾਣ ਨੂੰ, ਪਰੌਂਠਿਆਂ ਦੇ ਨਾਲ, ਤੰਦੂਰੀ ਰੋਟੀਆਂ ਨਾਲ, ਨਾਲ ਮੱਖਣ ਨਾਲ, ਚਾਹ ਨਾਲ, ਲੱਸੀ ਦੇ ਨਾਲ ਭਾਵੇਂ ਖਾਓ। ਅਤੇ ਆ ਜਾਓ ਫਿਰ ਆਪਾਂ ਬਣਾਈਏ, ਘਰ ਦਾ ਪੁਦੀਨਾ ਵਾ, ਘਰ ਦਾ ਧਨੀਆ ਅਤੇ ਘਰ ਦੇ ਗੰਢੇ ਆ, ਹਰੇ ਗੰਢਿਆਂ ਨਾਲ ਬਣਾਵਾਂਗੇ। ਅਤੇ ਨਾਲ ਹੀ ਆਪਾਂ ਇਹਦੇ ਵਿੱਚ ਸਾਊਥ ਇੰਡੀਅਨ ਟਵਿਸਟ ਦੇਵਾਂਗੇ ਚਟਨੀ ਨੂੰ, ਇਹ ਕੜੀ ਪੱਤਾ, ਰਾਈ, ਅਤੇ ਨਾਲ ਆਪਾਂ ਭੁੰਨ ਕੇ ਲਸਣ ਪਾਉਣਾ ਆ, ਕਿਉਂਕਿ ਇਹਦੇ ਵਿੱਚ ਆਪਾਂ ਕੱਚਾ ਲਸਣ ਨਹੀਂ ਪਾਉਣਾ, ਭੁੰਨ ਕੇ ਲਸਣ ਪਾਵਾਂਗੇ, ਉਹਦੇ ਨਾਲ ਹੋਰ ਜ਼ਿਆਦਾ ਟੇਸਟ ਇਨਹੈਂਸ ਹੋ ਜਾਏਗਾ ਇਹਦਾ, ਠੀਕ ਆ। ਚਲੋ ਫਿਰ ਆਪਾਂ ਕਰਦੇ ਤਿਆਰ। ਇਹਦੇ ਲਈ ਮੈਂ ਪੁਦੀਨਾ ਲਿਆ ਆ, ਪੁਦੀਨਾ ਜਿਹੜਾ ਘਰੋਂ ਹੀ ਤੋੜਿਆ ਹੋਇਆ ਆ, ਇਹ 100 ਕੁ ਗ੍ਰਾਮ ਦੇ ਕਰੀਬ ਹੋਏਗਾ, ਇਹਨੂੰ ਆਪਾਂ ਮੋਟਾ ਮੋਟਾ ਕੱਟ ਲਵਾਂਗੇ ਕਿਉਂਕਿ ਇਹਨੂੰ ਆਪਾਂ ਕੁੱਟਣਾ ਆ ਕੁੰਡੇ ਦੇ ਵਿੱਚ। ਅਤੇ ਇਸ ਤੋਂ ਅੱਧਾ ਮੈਂ ਧਨੀਆ ਲਿਆ ਆ, ਧਨੀਆ ਵੀ ਮੋਟਾ ਮੋਟਾ ਕੱਟ ਲਵਾਂਗੇ, ਕੱਟ ਕੇ ਤਾਂ ਪਾਉਣਾ ਇਹਦੇ ਵਿੱਚ, ਫਿਰ ਤੀਲੇ ਜਿਹੇ ਨਹੀਂ ਰਹਿੰਦੇ, ਨਹੀਂ ਤਾਂ ਤੀਲੇ ਜਿਹੇ ਵਿੱਚ ਮਹਿਸੂਸ ਹੁੰਦੇ ਰਹਿੰਦੇ ਆ। ਇਹ ਹਰੇ ਗੰਢੇ ਆ, ਇਹ ਵੀ ਘਰ ਦੇ ਹੀ ਨੇ, ਬਿਲਕੁਲ ਹਾਲੇ ਸੌਫਟ ਜਿਹੇ ਹੀ ਆ, ਛੋਟੇ ਛੋਟੇ। ਇਹਨਾਂ ਨੂੰ ਮੈਂ ਧੋ ਲਿਆ ਸੀ ਉੱਪਰਲੀ ਛਿੱਲ ਲਾ ਕੇ, ਅਤੇ ਹੁਣ ਇਹਦੇ ਜਿਹੜੇ ਅੱਗੇ ਆ ਜੜ੍ਹ ਜਿਹੀ, ਉਹ ਆਪਾਂ ਕੱਟ ਦੇਵਾਂਗੇ ਚਾਕੂ ਨਾਲ, ਇਹਨਾਂ ਨੂੰ ਵੀ ਆਪਾਂ ਮੋਟਾ ਮੋਟਾ ਕੱਟ ਲਵਾਂਗੇ। ਜਿਹੜੇ ਹਰੇ ਗੰਢੇ, ਇਹਨਾਂ ਨਾਲ ਚਟਨੀ ਬਹੁਤ ਫਰੈਸ਼ ਟੇਸਟ ਆਉਂਦਾ, ਬਹੁਤ ਸਵਾਦ ਬਣਦੀ ਹੈ। ਤੁਸੀਂ ਵੀ ਜੇ ਹੋਏ ਤਾਂ ਹਰੇ ਗੰਢੇ ਪਾਇਓ, ਨਹੀਂ ਤਾਂ ਦੂਸਰੇ ਵੀ ਪਾ ਸਕਦੇ ਜੀ। ਨਾਲ ਮੈਂ ਲਾਲ ਮਿਰਚਾਂ ਲਈਆਂ ਆ, ਤੁਸੀਂ ਹਰੀਆਂ ਲੈ ਸਕਦੇ, ਮੈਨੂੰ ਵੈਸੇ ਇਹ ਜ਼ਿਆਦਾ ਪਸੰਦ ਹੈ, ਮੈਂ ਤਾਂ ਹੀ ਲਈਆਂ ਜਿਹੜੀਆਂ ਹਰੀਆਂ ਤੋਂ ਲਾਲ ਹੋਈਆਂ ਹੋਈਆਂ। ਪਹਿਲਾਂ ਮੈਂ ਪੁਦੀਨਾ, ਧਨੀਆ ਅਤੇ ਮਿਰਚਾਂ ਪਾ ਲਈਆਂ, ਇਹਨਾਂ ਨੂੰ ਆਪਾਂ ਕੁੱਟ ਲਵਾਂਗੇ ਥੋੜ੍ਹਾ ਜਿਹਾ, ਉਸ ਤੋਂ ਬਾਅਦ ਪਿਆਜ਼ ਐਡ ਕਰਾਂਗੇ ਵਿੱਚ। ਬਣਾਉਣ ਨੂੰ ਆਪਾਂ ਮਿਕਸੀ ਦੇ ਵਿੱਚ ਵੀ ਬਣਾ ਸਕਦੇ ਹਾਂ, ਪਰ ਉਹ ਟੇਸਟ ਨਹੀਂ ਬਣਦਾ ਜਿਹੜਾ ਡੰਡੇ ਕੁੰਡੇ 'ਚ ਆਉਂਦਾ ਹੈ। ਡੰਡੇ ਕੁੰਡੇ 'ਚ ਆਪਾਂ ਪੁਰਾਣੇ ਜ਼ਮਾਨੇ ਤੋਂ ਡੰਡੇ ਕੁੰਡੇ 'ਚ ਕੁੱਟ ਕੇ ਖਾ ਰਹੇ ਹਾਂ, ਪਰ ਹੁਣ ਜ਼ਿਆਦਾ ਮਿਕਸੀ ਦੇ ਵਿੱਚ ਹੀ ਬਣਾ ਕੇ ਸਾਰੇ ਖਾਂਦੇ ਆ। ਟੇਸਟ ਵੀ ਠੀਕ ਹੁੰਦਾ ਮਿਕਸੀ ਦਾ, ਪਰ ਉਹ ਟੈਕਸਚਰ ਨਹੀਂ ਬਣਦਾ ਜਿਹੜਾ ਡੰਡੇ ਕੁੰਡੇ ਦਾ ਬਣਦਾ। ਚਟਨੀ ਆਪਣੀ ਕੁੱਟੀ ਗਈ ਹੈ, 10-12 ਮਿੰਟ ਲੱਗ ਗਏ ਆ। ਮੈਂ ਅੱਜ ਇਹਦੇ ਵਿੱਚ ਕੋਈ ਨਮਕ ਨਹੀਂ ਪਾਇਆ, ਨਮਕ ਤਾਂ ਨਹੀਂ ਪਾਇਆ ਪਹਿਲਾਂ, ਤਾਂ ਕਿ ਨਮਕ ਜਿਹੜਾ ਪਾਣੀ ਛੱਡ ਦਿੰਦਾ, ਜਦੋਂ ਪਹਿਲਾਂ ਪਾ ਦਈਏ ਫਿਰ ਕੁੱਟਣ 'ਚ ਮੁਸ਼ਕਲ ਆਉਂਦੀ ਹੈ, ਛਿੱਟੇ ਪੈਂਦੇ ਆ। ਨਾਲ ਹੀ ਮੈਂ ਅੰਬਚੂਰ ਪਾਊਡਰ ਪਾਇਆ 1 ਚਮਚ, ਤੁਸੀਂ ਚਾਹੋ ਜੇ ਤੁਹਾਡੇ ਕੋਲ ਅੰਬੀ ਹੈਗੀ, ਅੱਜ ਕੱਲ੍ਹ ਅੰਬੀਆਂ ਦਾ ਵੀ ਮੌਸਮ ਆ, ਉਹ ਹੈਗੀ ਉਹ ਪਾਓ, ਉਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਬਣਦੀ। ਹੋਰ ਜੇ ਅਨਾਰਦਾਣਾ ਪਾਉਣਾ ਚਾਹੁੰਦੇ, ਅਨਾਰਦਾਣਾ ਪਾ ਸਕਦੇ ਜੀ। ਮੈਂ ਅੰਬਚੂਰ ਪਾਇਆ ਆ, ਤੁਸੀਂ ਕੁਝ ਵੀ ਪਾ ਸਕਦੇ ਜੀ, ਖਟਿਆਈ ਲਓ ਜੀ। ਇਹ ਵੀ ਮਿਕਸ ਕਰ ਦਿੱਤੇ ਵਿੱਚ ਅੰਬਚੂਰ ਅਤੇ ਨਮਕ, ਹੁਣ ਇਹਨੂੰ ਆਪਾਂ ਇੱਕ ਕੌਲੇ ਦੇ ਵਿੱਚ ਕੱਢ ਲਵਾਂਗੇ ਚੰਗੀ ਤਰ੍ਹਾਂ। ਇਸ ਤੋਂ ਬਾਅਦ ਆਪਾਂ ਇਹਨੂੰ ਤੜਕਾ ਲਾਵਾਂਗੇ ਸਾਊਥ ਇੰਡੀਅਨ ਸਟਾਈਲ ਦੇ ਵਿੱਚ, ਨਾਲ ਲਸਣ ਪਾਵਾਂਗੇ ਵਿੱਚ ਕੁੱਟ ਕੇ। ਇਹ ਮੈਂ ਸਾਰੀ ਚਟਨੀ ਇੱਕ ਪਿਆਲੇ ਦੇ ਵਿੱਚ ਕੱਢ ਲਈ ਆ, ਬਹੁਤ ਸੋਹਣੀ ਖੁਸ਼ਬੂ ਆ ਰਹੀ ਚਟਨੀ ਦੀ, ਬਹੁਤ ਹੀ ਵਧੀਆ ਪੁਦੀਨੇ ਦੀ, ਧਨੀਏ ਦੀ। ਟੇਸਟ ਕਰਦੇ ਹੁਣ ਆਪਾਂ ਇਹਨੂੰ ਇੱਕ ਵਾਰੀ। ਹਾਂ, ਟੇਸਟ ਕਰਕੇ ਲੱਗੇ ਖਾਣ।
ਪਰ ਤੜਕਾ ਤਾਂ ਲਾਉਣਾ ਜੀ। ਤੜਕਾ ਲਾ ਕੇ ਫਿਰ ਕਰ ਲਾਂਗੇ ਟੇਸਟ। ਕਿੱਦਾਂ ਦੀ ਬਣੀ? ਟੇਸਟੀ ਬਣੀ ਆ, ਪੂਰੀ ਚਟਪਟੀ। ਹਾਲੇ ਕਾਲਾ ਲੂਣ ਥੋੜ੍ਹਾ ਜਿਹਾ ਪਾਉਣਾ ਵਿੱਚ, ਉਹਦੇ ਨਾਲ ਹੋਰ ਵਧੀਆ ਹੋ ਜਾਣਾ ਟੇਸਟ। ਹੁਣ ਆਪਾਂ ਲਾਵਾਂਗੇ ਇਹਨੂੰ ਲਾਸਟ ਤੜਕਾ। ਇਹਦੇ ਵਾਸਤੇ ਮੈਂ 2 ਚਮਚ ਸਰੋਂ ਦਾ ਤੇਲ ਪਾਇਆ। ਤੁਸੀਂ ਵੀ ਸਰੋਂ ਦੇ ਤੇਲ ਨਾਲ ਹੀ ਲਾਇਓ, ਸਰੋਂ ਦੇ ਤੇਲ ਨਾਲ ਫਲੇਵਰ ਬਹੁਤ ਵਧੀਆ ਆਉਂਦਾ। ਨਾਲ ਇਹਦੇ 1 ਚਮਚ ਮੈਂ ਲਸਣ ਪਾ ਦਿੱਤਾ, ਇਹ ਕੁੱਟਿਆ ਹੋਇਆ ਲਸਣ ਆ। ਇਹਨੂੰ ਆਪਾਂ ਥੋੜ੍ਹਾ ਜਿਹਾ ਭੁੰਨ ਲੈਣਾ ਆ। ਜੇ ਆਪਾਂ ਚਟਨੀ 'ਚ ਇਸ ਤਰ੍ਹਾਂ ਭੁੰਨ ਕੇ ਪਾਈਏ ਤਾਂ ਬਹੁਤ ਜ਼ਿਆਦਾ ਫਲੇਵਰ ਵਧੀਆ ਆਉਂਦਾ। ਥੋੜ੍ਹਾ ਜਿਹਾ ਇਹਨੂੰ ਭੁੰਨ ਕੇ ਨਾਲ ਹੀ ਆਪਾਂ 1 ਸਾਈਡ 'ਤੇ ਰਾਈ ਪਾ ਦਿੰਦੇ ਹਾਂ। ਰਾਈ ਜਦੋਂ ਚਟਕਣ ਲੱਗ ਪਏ, ਚਟਕਣ ਦੀ ਵੇਖ ਲਓ ਆਵਾਜ਼ ਆਉਣ ਲੱਗ ਪਈ ਆ, ਅਤੇ ਫਿਰ ਆਪਾਂ ਕੜੀ ਪੱਤਾ ਵੀ ਪਾ ਦਾਂਗੇ। ਧਿਆਨ ਰੱਖਿਓ, ਇਹਦੇ ਛਿੱਟੇ ਬੜੇ ਪੈਂਦੇ ਰਾਈ ਦੇ ਵੀ ਅਤੇ ਕੜੀ ਪੱਤੇ ਦੇ ਵੀ। ਥੋੜ੍ਹਾ ਜਿਹਾ ਇਹਨੂੰ ਭੁੰਨਣਾ, ਬਹੁਤਾ ਜ਼ਿਆਦਾ ਨਹੀਂ ਭੁੰਨਣਾ ਆਪਾਂ, ਪੱਤੇ ਸੜ ਨਾ ਜਾਣ, ਸਿਰਫ ਭੁੱਜੇ ਨਹੀਂ। ਬਸ ਆਪਾਂ ਨਾਲ ਹੀ ਗੈਸ ਬੰਦ ਕਰ ਦਿੱਤਾ ਆ, ਅਤੇ ਇਹਨੂੰ ਆਪਾਂ ਚਟਨੀ ਦੇ ਵਿੱਚ ਪਾ ਦੇਵਾਂਗੇ। ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਲਸਣ ਦੀ ਬਹੁਤ ਵਧੀਆ ਸਮੈਲ ਆ ਰਹੀ ਹੈ। ਨਮਕ ਇਹਦੇ ਵਿੱਚ ਥੋੜ੍ਹਾ ਜਿਹਾ ਘੱਟ ਸੀਗਾ, ਉਹ ਆਪਾਂ ਐਡ ਕਰ ਦਿੰਦੇ, ਥੋੜ੍ਹਾ ਜਿਹਾ ਕਾਲਾ ਨਮਕ। ਇਹਦੇ ਵਾਸਤੇ ਮੈਂ ਪਰੌਂਠੀ ਪਕਾਈ ਹੈ, ਇੱਕ ਪਰੌਂਠੀ ਦੇ ਨਾਲ ਬਹੁਤ ਟੇਸਟੀ ਲੱਗਦੀ ਚਟਨੀ ਹੈ। ਨਾਲ ਚਾਹ ਬਣਾਈ ਆ, ਅਤੇ ਮੱਖਣ ਵੀ ਮੈਂ ਕੱਢ ਲਿਆ ਆ। ਤਾਜ਼ਾ ਤਾਜ਼ਾ ਮੱਖਣ ਵੀ ਬਣ ਗਿਆ ਜੀ ਆਪਣਾ। ਮਤਾਵਾਂ ਚੌਂਦਰਾਂ ਦੇ ਵਿੱਚ ਬਣਾਉਂਦੀਆਂ ਹੁੰਦੀਆਂ ਸੀ, ਨਾਲੋਂ ਨਾਲ ਰੋਟੀਆਂ ਲਈ ਜਾਣੀਆਂ ਅਤੇ ਨਾਲੋਂ ਨਾਲ ਛਲੀ ਜਾਣੀਆਂ ਅਤੇ ਅਣਗਿਣਤ ਛਕ ਲਈਆਂ ਸੀ, ਗਿਣਤੀ ਨਹੀਂ ਹੁੰਦੀ ਕੋਈ। ਉਦੋਂ ਵੈਸੇ ਲੋਕ ਜ਼ਿਆਦਾ ਰੋਟੀ ਖਾਂਦੇ ਸੀ ਨਾ, ਕੰਮ ਵੀ ਬਥੇਰਾ ਕਰਦੇ ਸੀ ਨਾ, ਕੰਮ ਜ਼ਿਆਦਾ ਕਰਦੇ ਸੀ ਨਾ, ਹੁਣ ਕੰਮ ਨਹੀਂ ਹੈਗਾ ਕੋਈ। ਹੁਣ ਆਹ ਕੰਮ ਵੇਖ ਲਾ, ਮਿੰਟ 'ਚ ਮੱਖਣ ਬਣ ਗਿਆ। ਫਿਜ਼ੀਕਲ ਐਕਟੀਵਿਟੀ ਨਹੀਂ ਨਾ ਹੈਗੀ ਹੁਣ। ਇਹੋ ਮੱਖਣ ਬਣਾਉਣਾ ਵੇਖ ਉਹਦੇ 'ਚ ਚਾਟੀ ਦੇ ਵਿੱਚ ਰਗੜ ਕੇ, ਅਤੇ ਪਤਾ ਲੱਗ ਜਾਵੇ ਵੀ ਕਿੱਦਾਂ ਮੱਖਣ ਬਣਾਈਦਾ। ਮੇਰਾ ਨਹੀਂ ਖਿਆਲ ਵੀ 5 ਕੁ ਮਿੰਟ ਲੱਗੇ ਹੋਣੇ ਇਹਨੂੰ। 5 ਮਿੰਟ ਕਿੱਥੇ ਲੱਗੇ, 5 ਮਿੰਟ ਨੂੰ ਲੱਗੇ। ਹਾਂਜੀ ਹੋ ਗਿਆ ਰੈਡੀ ਸਭ ਕੁਝ? ਹਾਂਜੀ ਹਾਂਜੀ, ਆਹ ਹੁਣ ਆਪਾਂ ਖਾਂਦੇ ਹਾਂ ਸਰਵ ਕਰਕੇ। ਚਾਹ ਡੁੱਲ ਚੱਲੀ। ਤੁਸੀਂ ਖਾਣੀ ਬੁਰਕੀ ਪਹਿਲੀ ਕਿ ਮੈਂ? ਤੁਸੀਂ ਖਾਓ। ਨਹੀਂ ਨਹੀਂ ਤੁਸੀਂ ਪਹਿਲੀ ਬੁਰਕੀ ਤੁਹਾਡੀ। ਹਾਂ ਕਿੱਦਾਂ? ਵਾਕਿਆ ਵੀ ਬਹੁਤ ਸਵਾਦ ਆ, ਚਾਹ ਵੀ ਦਿਓ। ਇਹ ਆ ਲਓ। ਸੁਟਕਰਾ ਮਾਰ ਕੇ ਚਾਹ ਪੀਓ, ਇੱਕ ਸੁਟਕਰਾ ਹੋਰ। ਹਾਏ ਹਾਏ, ਆ ਮਜ਼ਾ ਆ ਗਿਆ, ਬੜੇ ਚਿਰ ਪਿੱਛੇ ਸੁਟਕਰਾ ਮਾਰ ਕੇ। ਹੁਣ ਤੁਸੀਂ ਟਰਾਈ ਕਰੋ। ਜਿਹੜਾ ਸੁਟਕਰਾ ਮਾਰ ਕੇ ਪੀ ਜਾਂਦੇ ਹੁੰਦੇ ਉਹਨੂੰ ਮੈਨਰਸ ਨਹੀਂ ਹੈਗੇ। ਚੱਲ ਕੋਈ ਨਹੀਂ, ਅਸੀਂ ਮੈਨਰਸ ਅੱਗੇ ਕੀ ਕਰਨਾ ਹੁਣ, ਜਿੰਨੇ ਹੈਗੇ ਇੰਨੇ ਬੜੇ ਆ। ਚਟਨੀ ਬਹੁਤ ਹੀ ਜ਼ਿਆਦਾ ਸਵਾਦ ਬਣੀ ਹੈ, ਵਾਕਿਆ ਬਹੁਤ ਟੇਸਟੀ ਬਣੀ ਵੀ, ਉਹ ਤੜਕੇ ਦੇ ਨਾਲ ਤਾਂ ਜ਼ਿਆਦਾ ਟੇਸਟੀ ਬਣ ਗਈ। ਚਲੋ ਜੀ ਕਰੋ ਟੇਸਟ। ਹਾਂਜੀ ਕਿਵੇਂ ਆ? ਖਾ ਕੇ ਬੋਲੂ, ਬਹੁਤ ਜ਼ਿਆਦਾ ਸਵਾਦ ਆ। ਸੁਟਕਲੇ ਚਾਹ ਪੀਓ ਸੁਟਕਲੇ ਨਾਲ। ਸੁਟਕਲੇ ਨਾਲ ਮੈਂ ਨਹੀਂ ਪੀਣੇ। ਕਿਉਂ? ਪੀਓ ਪੀਓ ਪੀਓ, ਸੁਟਕਲਾ ਮਾਰਨਾ ਹੈ ਸੁਟਕਲਾ। ਨਹੀਂ ਨਹੀਂ, ਇੱਕ ਵਾਰੀ ਮਾਰੋ ਸਹੀ। ਨਿਕਾਇਆ ਸੁਟਕਲਾ।
ਜੇ ਤੁਸੀਂ ਮੇਰੀ ਵੀਡੀਓ ਪਹਿਲੀ ਵਾਰੀ ਵੇਖ ਰਹੇ ਹੋ ਤਾਂ ਫਿਰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਨਾ, ਨਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਠੀਕ ਆ ਜੀ, ਅਤੇ ਇਸ ਤਰ੍ਹਾਂ ਚਟਨੀ ਬਣਾਓ, ਨਾਲ ਮੱਖਣ ਬਣਾਓ, ਨਾਲ ਪਰੌਂਠੀਆਂ, ਬਹੁਤੇ ਟੇਸਟੀ ਲੱਗਦੀਆਂ, ਬੱਚਿਆਂ ਨੂੰ ਵੀ ਖਵਾਓ, ਬੱਚਿਆਂ ਨੂੰ ਵੀ ਬਹੁਤ ਪਸੰਦ ਆਉਣਗੀਆਂ। ਠੀਕ ਹੈ ਜੀ, ਓਕੇ ਜੀ, ਬਾਏ, ਲਵ ਯੂ ਆਲ।